ਪੰਜਾਬ ਨੈਸ਼ਨਲ ਬੈਂਕ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾਕਟਰ ਰਾਜੇਸ਼ ਕੁਮਾਰ ਯਦੂਵੰਸ਼ੀ ਜੀ ਸਾਡੇ ਨਾਲ ਨੇ, ਪੰਜਾਬ ਪਹੁੰਚੇ ਨੇ, ਜਲੰਧਰ ਦੇ ਵਿੱਚ ਅੱਜ ਕਸਟਮਰਸ ਦੇ ਨਾਲ ਮੀਟਿੰਗ ਕੀਤੀ ਹੈ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਵੈਲਕਮ ਟੂ ਪੰਜਾਬ। ਥੈਂਕ ਯੂ। ਅੱਜ ਦੀ ਮੀਟਿੰਗ ਦਾ ਕੀ ਮੇਨ ਪਰਪਸ ਸਰ? ਜੋ ਵੀ ਹਮਾਰੇ ਕਲਾਇੰਟਸ ਹਮਾਰੇ ਸਾਥ ਬਹੁਤ ਟਾਈਮ ਸੇ ਜੁੜੇ ਹੋਏ ਹੈ, ਉਨਸੇ ਮਿਲ ਕੇ ਉਨਸੇ ਜਾਨਣਾ ਕਿ ਕਹੀਂ ਕੋਈ ਅਗਰ ਹਮਾਰੀ ਸਰਵਿਸਿਜ਼ ਮੇਂ ਕੋਈ ਕਮੀ ਹੈ ਉਸਕੇ ਬਾਰੇ ਮੇਂ ਫੀਡਬੈਕ ਲੈਣਾ, ਔਰ ਯਹੀ ਮੇਰਾ ਆਨੇ ਕਾ ਮੇਨ ਪਰਪਸ ਜਲੰਧਰ ਹੈ ਕਿ ਜਿਸਸੇ ਮਿਲ ਕੇ ਅਗਰ ਕਹੀਂ ਹਮੇਂ ਸੁਧਾਰ ਕਰਨੇ ਕੀ ਜ਼ਰੂਰਤ ਹੈ, ਕਹੀਂ ਕਮੀ ਹੈ ਕਿਸੀ ਕਸਟਮਰ ਸਰਵਿਸ ਮੇਂ, ਯਾ ਕੋਈ ਹਮੇਂ ਗਾਈਡਲਾਈਨਸ ਚੇਂਜ ਕਰਨੇ ਕੀ ਜ਼ਰੂਰਤ ਹੈ, ਤੋ ਜਿਸਸੇ ਇਨਸੇ ਫੀਡਬੈਕ ਮਿਲੇ ਜਿਸਸੇ ਹਮ ਬੈਟਰ ਸਰਵਿਸਿਜ਼ ਉਨਕੋ ਦੇ ਪਾਏ। ਇਸੀ ਲੀਏ ਜੋ ਹੈ ਹਮਨੇ ਆਜ ਇਹ ਮੀਟਿੰਗ ਰੱਖੀ ਹੈ ਕਿ ਜੋ ਯਹਾਂ ਕੇ ਜੋ ਹਮਾਰੇ ਮੇਨ ਕਲਾਇੰਟਸ ਹੈ ਸਾਰੇ ਜਲੰਧਰ ਕੇ, ਉਨਕੇ ਸਾਥ ਹਮ ਆਪਣੇ ਬਾਤਚੀਤ ਕਰ ਸਕੇਂ ਔਰ ਉਨਕੇ ਬਾਰੇ ਮੇਂ ਜਾਣ ਸਕੇਂ ਕਿ ਉਨਕੇ ਬਾਰੇ ਮੇਂ ਕਿਆ ਚੱਲ ਰਿਹਾ ਹੈ ਅੱਜ ਕੱਲ੍ਹ। ਔਰ ਅਬ ਸਾਥ ਹੀ ਸਾਥ ਇਹ ਵੀ ਉਮੀਦ ਕਰੇਂ ਕਿ ਜੋ ਆਗੇ ਔਰ ਬਿਜ਼ਨਸ ਜੋ ਹੈ ਉਹ ਪੰਜਾਬ ਨੈਸ਼ਨਲ ਬੈਂਕ ਕੇ ਸਾਥ ਕੈਸੇ ਬੜਾ ਸਕਤੇ ਹੈ, ਉਹ ਡਿਸਕਸ ਕਰਨਾ ਉਨਕੇ ਸਾਥ, ਇਹ ਆਨੇ ਕਾ ਯਹਾਂ ਪੇ ਪਰਪਸ ਹੈ ਅੱਜ। ਬਿਲਕੁਲ, ਪੰਜਾਬ ਦੇ ਵਿੱਚ ਪਹਿਲਾਂ ਹੀ ਬੜੀ ਵਧੀਆ ਪਰਫਾਰਮ ਕਰ ਰਹੀ ਹੈ ਪੰਜਾਬ ਨੈਸ਼ਨਲ ਬੈਂਕ, ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵੱਖਰਾ ਆਮ ਲੋਕਾਂ ਦੇ ਲਈ ਲੈ ਕੇ ਆ ਰਹੇ ਹੋ? ਨਹੀਂ, ਅਭੀ ਦੇਖੋ, ਇਹ ਮੈਂ ਪੰਜਾਬ ਦੋ ਦਿਨ ਸੇ ਹੂੰ, ਅੰਮ੍ਰਿਤਸਰ ਮੇਂ ਥਾ, ਲੁਧਿਆਣਾ ਮੇਂ ਥਾ, ਤੋ ਅਭੀ ਆਨੇ ਕਾ ਮੇਨ ਪਰਪਸ ਇਹ ਵੀ ਰਹਾ ਹੈ ਕਿ ਜੋ ਅਕਾਊਂਟ ਖਰਾਬ ਹੋ ਗਏ ਹੈ ਉਨਕੋ ਸੈਟਲ ਕਰਨੇ ਕਾ ਹਮਾਰਾ ਇੱਕ ਰਿਕਵਰੀ ਕੈਂਪ ਹਮਨੇ ਲਗਾਇਆ ਥਾ, ਅੰਮ੍ਰਿਤਸਰ ਮੇਂ ਕੱਲ ਲਗਾਇਆ ਥਾ, ਅੱਜ ਲੁਧਿਆਣਾ ਮੇਂ ਪੂਰਾ ਦਿਨ ਮੈਨੇ ਲਗਾਇਆ, ਤੋ ਉਸਮੇਂ ਕੋਸ਼ਿਸ਼ ਕੀ ਜਾ ਰਹੀ ਹੈ ਕਿ ਅਗਰ ਕਿਸੀ ਕਾਰਨ ਸੇ ਉਨਕੇ ਲੋਨ ਖਰਾਬ ਹੋ ਗਏ, ਉਹ ਆਪਣੀ ਜ਼ਿੰਦਗੀ ਮੇਂ ਆਗੇ ਬੜ ਪਾਏ, ਤੋ ਪਿਛਲੇ ਲੋਨੋਂ ਕੋ ਹਮ ਸੈਟਲ ਕਰ ਸਕੇਂ ਔਰ ਜਿਸਸੇ ਕਿ ਵੋ ਵੀ ਆਪਣੇ ਜੀਵਨ ਮੇਂ ਆਗੇ ਬੜੇ ਔਰ ਬੈਂਕ ਕੇ ਲਈ ਵੀ ਹਮ ਰਿਕਵਰੀ ਕਰੇਂ ਔਰ ਬੈਂਕ ਕੀ ਪੋਜੀਸ਼ਨ ਵੀ ਇੰਪਰੂਵ ਕਰੇ, ਤੋ ਇਸੀ ਕੋਸ਼ਿਸ਼ ਮੇਂ ਇਹ ਮੇਰਾ ਜੋ ਪੂਰਾ ਪੰਜਾਬ ਕਾ ਦੌਰਾ ਹੈ ਉਸਮੇਂ ਮੈਂ ਆਇਆ ਹਾਂ। ਅੰਮ੍ਰਿਤਸਰ ਅਤੇ ਲੁਧਿਆਣਾ ਦੇ ਵਿੱਚ ਤੁਸੀਂ ਲਗਾਏ ਹੋ ਕੈਂਪ, ਉਹਦੇ ਵਿੱਚ ਜੇ ਕੋਈ ਟੈਕਨੀਕਲ ਗੱਲ ਕਰੀਏ ਤਾਂ ਕਿਸ ਤਰੀਕੇ ਨਾਲ ਫਿਰ ਲੋਕਾਂ ਨੂੰ ਸਮਝਾ ਰਹੇ ਹੋ, ਕਿਉਂਕਿ ਲੋਕ ਤੁਹਾਨੂੰ ਦੇਖ ਰਹੇ ਆ, ਲੋਕਾਂ ਨੂੰ ਤੁਸੀਂ ਸਮਝਾਉਣਾ ਚਾਹੋ ਕਿਸ ਤਰੀਕੇ ਦੇ ਨਾਲ PNB ਦੇ ਨਾਲ ਜੁੜਿਆ ਜਾਵੇ? ਨਹੀਂ ਦੇਖੋ, ਹਮਾਰੇ ਪਾਸ ਜੋ ਸਾਰੇ ਪ੍ਰੋਡਕਟਸ ਹੈ ਜੋ ਵੀ ਕਿਸੀ ਕਸਟਮਰ ਕੋ ਚਾਹੀਏ, ਚਾਹੇ ਉਹ ਹਾਊਸਿੰਗ ਲੋਨ ਕਾ ਹੋ ਯਾ ਕਾਰ ਲੋਨ ਕਾ ਹੋ ਯਾ ਬੱਚੇ ਐਜੂਕੇਸ਼ਨ ਕੇ ਲਈ ਬਾਹਰ ਜਾ ਰਹੇ ਹੋ, ਉਸਕੇ ਸਾਰੀ ਸਕੀਮੇ ਹਮਾਰੇ ਪਾਸ ਹੈ ਔਰ ਰੇਟ ਹਮਾਰੇ ਸਭਸੇ ਕੰਪੀਟੀਟਿਵ ਹੈ ਜੋ ਦੂਸਰੇ ਬੈਂਕੋ ਕੇ ਕੰਪੈਰੀਜ਼ਨ ਮੇਂ, ਤੋ ਮੈਂ ਤੋ ਚਾਹੂੰਗਾ ਕਿ ਲੋਕ ਹਮਾਰੇ ਬੈਂਕੋ ਮੇਂ ਆਏ, ਸੇਵਿੰਗਸ ਕੇ ਲੀਏ, ਡਿਪੋਜ਼ਿਟਸ ਕੇ ਲੀਏ, ਸਾਥ ਮੇਂ ਪੰਜਾਬ ਨੈਸ਼ਨਲ ਬੈਂਕ ਕੋ ਮੌਕਾ ਦੇਂ ਔਰ ਬੈਂਕੋ ਆਪਣੇ ਪੰਜਾਬ ਨੈਸ਼ਨਲ ਬੈਂਕ ਹੈ ਜੋ ਪੰਜਾਬ ਕਾ ਬੈਂਕ ਹੈ ਸਮਝੋ, ਤੋ ਉਸਕੋ ਆਗੇ ਬੜਾਏ ਔਰ ਹਮੇਂ ਮੌਕਾ ਦੇ ਆਪਣੇ ਸਰਵਿਸ ਕਰਨੇ ਕਾ, ਤੋ ਹਮਾਰਾ ਇਹ ਮੈਂ ਅਸ਼ੋਰ ਕਰ ਸਕਤਾ ਹੂੰ ਕਿ ਜੋ ਹਮਾਰੇ ਪ੍ਰੋਡਕਟਸ ਔਰ ਰੇਟ ਆਫ ਇੰਟਰਸਟ ਹੈ ਉਹ ਸਭਸੇ ਬੈਸਟ ਹੈ ਇੰਡਸਟਰੀ ਮੇਂ ਔਰ ਉਨਕੋ ਫਾਇਦਾ ਹੀ ਹੋਗਾ ਅਗਰ ਹਮਾਰੇ ਸਾਥ ਜੁੜਤੇ ਹੈ ਤੋ। ਮੈਂ ਇੱਕ ਦੋ ਸਵਾਲ ਹੋਰ ਪੁੱਛੂੰਗਾ ਕਿਉਂਕਿ ਲੋਕਾਂ ਦੇ ਨਾਲ ਜੁੜੇ ਹੋਏ, ਕਿਉਂਕਿ ਤੁਹਾਡੇ ਕੋਲ ਵੀ ਕਾਫੀ ਘੱਟ ਸਮਾਂ ਹੈਗਾ। ਜੇ ਆਮ ਲੋਕਾਂ ਦੀ ਗੱਲ ਕਰੀਏ ਤਾਂ ਆਮ ਲੋਕ ਜਿਹੜੇ ਆ ਵੱਧ ਵਿਆਜ ਨੂੰ ਪ੍ਰੈਫਰੈਂਸ ਦਿੰਦੇ ਆ ਕਿ ਪ੍ਰਾਈਵੇਟ ਬੈਂਕਾਂ ਦੇ ਵਿੱਚ ਵੱਧ ਦਿੰਦਾ, ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਕਿਸ ਤਰੀਕੇ ਦੇ ਨਾਲ ਆਮ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਆਪਣੇ ਨਾਲ ਜੋੜਦੇ ਹੋ? ਨਹੀਂ ਦੇਖੋ, ਸਭਸੇ ਬੜੀ ਬਾਤ ਹੈ ਕਿ ਜੋ ਹਮਾਰੀ ਜੋ ਬੈਂਕਿੰਗ ਹੈ ਉਹ ਰਿਲੇਸ਼ਨਸ਼ਿਪ ਬੈਂਕਿੰਗ ਹੈ, ਆਪ ਆਦਮੀ ਕੋ ਜਾਣਤੇ ਹੋ ਔਰ ਉਸਸੇ ਜੋ ਰਿਲੇਸ਼ਨ ਬਣਤੀ ਹੈ ਉਹ ਥੋੜ੍ਹਾ ਦੂਸਰੇ ਬੈਂਕੋ ਮੇਂ ਦਿੱਕਤ ਆਤੀ ਹੈ, ਆਪਨੇ ਮਹਿਸੂਸ ਕੀਆ ਹੋਗਾ, ਤੋ ਹਮ ਤੋ ਜੈਸੇ ਪਰਿਵਾਰ ਕੇ ਸਾਥ ਜੁੜ ਜਾਤੇ ਹੈ, ਤੋ ਉਨਕੇ ਸਾਥ ਜੁੜੇ ਹੋਏ ਹੈ, ਉਸਕੇ ਸਾਥ ਉਨਕੋ ਪੂਰਾ ਸਾਥ ਦੇਤੇ ਹੈ ਔਰ ਉਨਕੋ ਫਿਰ ਇੱਕ ਵਾਰ ਅਗਰ ਡਿਪੋਜ਼ਿਟ ਲੈ ਕੇ ਹਮਾਰੇ ਪਾਸ ਆ ਗਏ, ਬਾਕੀ ਉਨਕੀ ਕੋਈ ਵੀ ਜ਼ਰੂਰਤ ਆਏਗੀ ਲਾਈਫ ਮੇਂ ਉਹ ਸਾਰੀ ਜ਼ਰੂਰਤੇ ਹਮ ਪੂਰੀ ਕਰਤੇ ਹੈ, ਤੋ ਹਮ ਪੂਰੀ ਫੈਮਿਲੀ ਵਾਲੀ ਬੈਂਕਿੰਗ ਕਰਤੇ ਹੈ, ਇਸ ਲਈ ਜ਼ਰੂਰੀ ਹੈ ਕਿ ਉਹ ਆਪ ਹਮਾਰੇ ਸਾਥ ਜੁੜੇ ਔਰ ਆਗੇ ਬਣੇ ਉਸਕੇ। ਕੁਝ ਨਵਾਂ ਇੰਡਸਟਰੀਲਿਸਟ ਵਾਸਤੇ ਜਾਂ ਆਮ ਲੋਕਾਂ ਵਾਸਤੇ ਕੁਝ ਨਵਾਂ ਆ ਰਿਹਾ ਥੋੜ੍ਹੇ ਦਿਨਾਂ ਤੱਕ? ਨਹੀਂ ਦੇਖੋ, ਇਹ ਤਾਂ ਗੌਰਮੈਂਟ ਕੀ ਪੋਲਿਸੀਜ਼ ਪੇ ਡਿਪੈਂਡ ਕਰਤਾ ਹੈ, ਅਭੀ ਗੌਰਮੈਂਟ ਨਹੀਂ ਬਣੀ ਹੈ, ਤੋ ਅਭੀ ਇਨਵੈਸਟਮੈਂਟ ਬਢਾਨੇ ਕੇ ਲਈ ਗੌਰਮੈਂਟ ਕੀ ਪੋਲਿਸੀਜ਼ ਆਏਗੀ, ਤੋ ਬੈਂਕ ਵੀ ਜੈਸੇ ਪਬਲਿਕ ਸੈਕਟਰ ਬੈਂਕ ਹੈ, ਤੋ ਹਮ ਵੀ ਬੜ ਚੜ੍ਹ ਕਰ ਗੌਰਮੈਂਟ ਕੋ ਸਪੋਰਟ ਕਰੇਂਗੇ ਕਿ ਇਕੋਨੋਮਿਕ ਗਰੋਥ ਬਢਾਨੇ ਕੇ ਲੀਏ ਹਮ ਕੈਸੇ ਕੰਟ੍ਰੀਬਿਊਟ ਕਰ ਸਕਤੇ ਹੈਂ, ਡਿਫਰੈਂਟ ਪ੍ਰੋਜੈਕਟਸ ਆਏਗੇ ਉਸਮੇਂ ਫੰਡਿੰਗ ਹਮ ਲੋਕ ਕਰੇਂਗੇ, ਤੋ ਉਸਕੇ ਲਈ ਹਮ ਤਿਆਰ ਹੈ। ਤੁਸੀਂ ਖੁਦ ਅੱਜ ਪੰਜਾਬ ਆਏ ਹੋ, ਲੋਕਾਂ ਦੇ ਲਈ ਕੀ ਮੈਸੇਜ ਲੈ ਕੇ ਆਏ ਹੋ ਤੁਸੀਂ? ਨਹੀਂ, ਮੈਸੇਜ ਤਾਂ ਇਹੀ ਹੈ ਕਿ ਦੇਖੋ ਜੀ, ਆਪਕਾ ਸਭਸੇ ਪਹਿਲੀ ਬਾਤ ਹੈ ਕਿ ਜੋ ਵੀ ਹਾਲਤ ਚੱਲ ਰਹੀ ਹੈ ਬੈਂਕਿੰਗ ਇੰਡਸਟਰੀ ਮੇਂ, ਮੈਂ ਅਸ਼ੋਰ ਕਰਨਾ ਚਾਹਤਾ ਹੂੰ ਕਿ ਸਾਰਾ ਪੈਸਾ ਜੋ ਵੀ ਲੋਗੋ ਨੇ ਬੈਂਕੋ ਮੇਂ ਰੱਖਾ ਹੋਇਆ ਬਿਲਕੁਲ ਸੇਫ ਹੈ, ਚਾਹੇ ਜੈਸੇ ਵੀ ਰਿਜ਼ਲਟਸ ਆ ਰਹੇ ਹੈ, ਇਹ NPAs ਹੋਏ ਹੈ, ਇਕੋਨੋਮੀ ਮੇਂ ਡਾਊਨ ਟਰਨ ਆਇਆ ਹੈ, ਲੇਕਿਨ ਇਹ ਕਿ ਅਬ ਇਹ ਪ੍ਰੋਸੈਸ ਖਤਮ ਹੋ ਰਿਹਾ ਹੈ ਔਰ ਆਗੇ ਆਨੇ ਵਾਲਾ ਟਾਈਮ ਬਹੁਤ ਅੱਛਾ ਹੋਗਾ ਬੈਂਕਿੰਗ ਕੇ ਲੀਏ। ਥੈਂਕ ਯੂ, ਧੰਨਵਾਦ ਗੱਲਬਾਤ ਕਰਨ ਲਈ। ਸੋ ਇਹ ਨੇ ਡਾਕਟਰ ਰਾਜੇਸ਼ ਕੁਮਾਰ ਯਦੂਵੰਸ਼ੀ, ਜੋ ਅੱਜ ਜਲੰਧਰ ਦੇ ਵਿੱਚ ਆਪਣੇ ਕਸਟਮਰਸ ਦੇ ਨਾਲ ਮੀਟਿੰਗ ਕਰਨ ਪਹੁੰਚੇ ਨੇ। ਹਾਲਾਂਕਿ ਇਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਅਤੇ ਲੁਧਿਆਣੇ ਦੇ ਵਿੱਚ ਇਹ ਕੈਂਪ ਲਗਾ ਚੁੱਕੇ ਨੇ, ਜਿਨ੍ਹਾਂ ਕਸਟਮਰਸ ਦੇ ਕਰਕੇ ਜਿਹੜਾ ਕਿਸੇ ਤਰੀਕੇ ਨਾਲ ਲੋਨ ਖਰਾਬ ਹੋਇਆ ਜਾਂ ਉਹ ਪੰਜਾਬ ਨੈਸ਼ਨਲ ਬੈਂਕ ਤੋਂ ਟੁੱਟੇ ਨੇ, ਤਾਂ ਉਹਨਾਂ ਨੂੰ ਜੋੜਨ ਦੀ ਪ੍ਰਕਿਰਿਆ ਅੱਜ ਕੱਲ੍ਹ ਫਿਰ ਚੱਲ ਰਹੀ ਹੈ। ਕੈਮਰਾਮੈਨ ਯਤਿਨ ਰਾਜਪੂਤ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।